ਪਾਕਿਸਤਾਨ ਬਣ ਗਿਆ ਤਾਂ ਤਿੰਨਾਂ ਚੌਂ ਮਹੀਨਿਆਂ ਤੋਂ ਬਾਅਦ ਲੋਕਾਂ ਨੂੰ ਲੈਣ ਆਏ ਅਤੇ ਉੱਥੇ ਤੇਲੀਆਂ ਦਾ ਘਰ ਸੀ ਅਸੀਂ ਪਿੰਡ ਦਾ, ਖਜਾਨ ਸਿੰਘ ਸੀ ਕੈਮਨਿਸਟ, ਉਹ ਕਹਿ ਵੀ ਮੈਂ ਨਹੀਂ ਜਾਣ ਦੇਣਾ, ਇਹ ਮੇਰੇ ਭਰਾ ਬਚਪਨ ਦੇ ਸਾਥੀ ਆ, ਖੇਡਦੇ ਮਿਲਦੇ ਪਏ, ਜੋ ਵੀ ਮੁਸਲਮਾਨ ਹੈ ਤਾਂ ਕੀ ਇਹ ਭਰਾ ਆ ਮੇਰੇ। ਉਹ ਥਾਣੇਦਾਰ ਕਹਿੰਦਾ ਨਹੀਂ ਅਸੀਂ ਲਿਜਾਣੇ, ਉਹ ਕਹਿ ਵੀ ਨਹੀਂ ਮੈਂ ਜਾਣ ਦੇਣੇ, ਮੈਂ ਨਹੀਂ ਜਾਣ ਦੇਣੇ। ਕਹਿੰਦਾ ਫਿਰ ਅਸੀਂ ਲਿਜਾਣੇ, ਕਹਿੰਦਾ ਮੇਰੀ ਲਾਸ਼ ਤੋਂ ਲੈ ਮਾਰ ਕੇ ਲੈ ਜਾ ਸਕਦੇ ਹੋ, ਮੈਂ ਜਾਣ ਨਹੀਂ ਦੇਣੀ। ਥਾਣੇਦਾਰ ਨੇ ਤਿੰਨ ਚਾਰ ਵਾਰੀ ਵਾਰਨਿੰਗ ਦਿੱਤੀ, ਪਰ ਉਹ ਰਾਨਸੂ ਕਹਿੰਦਾ ਵੀ ਤੂੰ ਮਾਰ ਦੇ, ਮੈਂ ਆਪਣੇ ਜਿੰਦੇ ਜੀ ਨਹੀਂ ਜਾਣ ਦੇਣਾ, ਮਰਨ ਤੋਂ ਬਾਅਦ ਤੂੰ ਲੈ ਜਾਈ ਤਾਂ 20 ਵਜੇ ਲੈ ਜਾਈ। ਉਹਨੇ ਗੋਲੀ ਮਾਰ ਕੇ ਖਜਾਨ ਸਿੰਘ ਮਾਰ ਦਿੱਤਾ ਸੀ। ਓਹੋ, ਉਹਨਾਂ ਨੂੰ ਮਸੀਤ ਬਣਾ ਕੇ ਦਿੱਤੀ ਸੀ, ਬਾਕੀ ਬਣਨ ਨਹੀਂ ਸੀ ਦਿੰਦੇ, ਅਤੇ ਬਾਬੇ ਮੇਰੇ ਨੇ ਮਸੀਤ ਚੋਬੀਆਂ ਨੂੰ ਬਣਾ ਕੇ ਦਿੱਤੀ ਸੀ, ਉਹ ਕਹਿੰਦੇ ਸਾਨੂੰ ਬਾਬਾ ਮਸੀਤ ਬਣਾ ਦੇ, ਮਸੀਤ ਹਰ ਤਰ੍ਹਾਂ ਚੰਗੇ ਸੀ, ਕੋਈ ਉਹਨਾਂ 'ਚ ਵਿਤਕਰਾ ਨਹੀਂ ਸੀ। ਸਾਡੇ ਬਾਬੇ ਦੇ ਧਰਮ ਭਰਾ ਬਣੇ ਸੀ, ਮੇਰੇ ਬਾਬੇ ਨੂੰ ਜਦੋਂ ਹੱਲਾ ਪਿਆ ਉਹੀ ਰਹਿ ਗਿਆ ਸੀ, ਉਸ ਪਾਸੇ ਅਸੀਂ ਆ ਗਏ ਸੀ। ਮੁਸਲਮਾਨ ਤੌਲਕਿਆਂ ਵਾਲੇ ਉਹਨੂੰ ਘੋੜੀ 'ਤੇ ਚੜ੍ਹਾ ਕੇ ਆਪਣੇ ਘਰ ਲੈ ਗਿਆ, ਫਿਰ ਉਹਨੂੰ ਚੱਕ ਕੇ ਕੈਂਪ ਦੇ ਵਿੱਚ ਲਹਿਰਪੁਰ ਛੱਡ ਕੇ ਆਏ। ਮਾਈ ਫੱਤੋ ਅਤੇ ਮਾਈ ਬੱਖਾਂ, ਇਹ ਦੋ ਸੀ, ਇੱਕ ਰੈਣ ਸੀ ਅਤੇ ਇੱਕ ਜਲਾਈ ਸੀ। ਉਹ ਆਪਣਾ ਕੰਮ ਕਰਦੀਆਂ ਹੁੰਦੀਆਂ ਸੀ, ਪਰ ਉਹਨਾਂ ਦੇ ਨਿਆਣੇ ਅਸੀਂ ਬੱਚੇ ਖੇਡਦੇ ਹੁੰਦੇ ਸੀ। ਭੁੱਖ ਲੱਗੀ ਤਾਂ ਇੱਕ ਦੂਜੀ ਦੀ ਮਾਂ ਦਾ ਦੁੱਧ ਚੁੰਘ ਲੈਂਦੇ ਸੀ, ਉਹ ਸਾਨੂੰ ਚਗਾ।
ਸ੍ਰੀਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੀਮਤੀ ਖਜ਼ਾਨੇ ਆ, ਤੁਹਾਡੀਆਂ ਗੱਲਾਂ 'ਚੋਂ ਅਸੀਂ ਦਰਸ਼ਨ ਕਰਨੇ ਸਰਗੋਧੇ ਦੇ। ਅੱਛਾ ਜੀ। ਉਸ ਚੱਕ ਦੇ ਜਿੱਥੋਂ ਤੁਸੀਂ ਆਏ ਆ, ਉਸ ਇਲਾਕੇ ਦੇ ਜਿਸ ਇਲਾਕੇ 'ਚੋਂ ਤੁਸੀਂ ਆਏ ਆ। ਅੱਛਾ ਜੀ। ਅਤੇ ਅਸੀਂ ਤੁਹਾਡੇ ਨਾਲ ਹੀ ਹੁਣ ਅੱਜ ਉੱਜੜਨਾ। ਅੱਛਾ ਜੀ। ਤੁਹਾਡੇ ਨਾਲ ਹੀ ਗੱਡਿਆਂ 'ਚ ਸਫ਼ਰ ਕਰਨਾ। ਅੱਛਾ ਜੀ। ਠੀਕ ਆ ਜੀ। ਦੁੱਖ ਸੁੱਖ ਭੁੱਖ ਝੱਲਣੀ ਆ। ਠੀਕ ਹੈ ਜੀ। ਅਤੇ ਇਸ ਪਿੰਡ ਤੱਕ, ਸਿੰਘੋਵਾਲ ਤੱਕ ਆਉਣਾ। ਠੀਕ ਹੈ ਜੀ। ਅਤੇ ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਜੱਦੀ ਪਿੰਡ ਕਿਹੜਾ ਸੀ? ਮੇਰਾ ਜੱਦੀ ਪਿੰਡ ਟਾਂਡੇ ਦੇ ਕੋਲ ਰਾਜਪੁਰ ਗੋਤਾ, ਉੱਥੇ ਮੇਰਾ ਜਨਮ ਹੋਇਆ ਜੀ। ਹਾਂਜੀ। ਉਸ ਤੋਂ ਬਾਅਦ ਬਜ਼ੁਰਗ ਮੈਨੂੰ ਆਪਣੇ ਜਿਹੜੇ ਆ ਉੱਥੇ ਆਪਣੇ ਜਿੱਥੇ ਮਰੱਬੇ ਸਾਨੂੰ ਸਰਗੋਧੇ ਚੱਕ ਨੰਬਰ 159 ਸ਼ਮਾਲੀ ਨਾਰਥ ਸਰਗੋਧਾ ਡਿਸਟ੍ਰਿਕਟ ਸਰਗੋਧਾ ਤਹਿਸੀਲ ਸਿਰਾਂ ਵਾਲੀ ਲੈ ਗਏ। ਠੀਕ। ਹਾਂਜੀ। ਕਿੰਨੇ ਸਾਲ ਦੇ ਸੀ ਜਦੋਂ ਤੁਸੀਂ ਉੱਧਰ ਗਏ? ਮੈਂ ਉਦੋਂ ਤਾਂ ਬਚਪਨ, ਯਾਨੀ ਮੈਂ ਉੱਧਰ 8 ਜਮਾਤਾਂ ਪਾਸ ਕੀਤੀਆਂ। ਇਹ ਲਾ ਲਓ ਸਾਹਿਬ ਵੀ 6 ਦਾ ਬੰਦਾ ਅਤੇ 8 14 ਸਾਲ 15 ਸਾਲ ਉੱਥੇ ਰਹੇ, ਅਤੇ ਫਿਰ 3 ਸਾਲ ਮੇਰੇ ਜਿਹੜੇ ਉਹ ਖਰਾਬ ਹੋ ਗਏ। ਮੈਨੂੰ ਘਰਦਿਆਂ ਨੇ ਅੱਗਾਂ ਪੜ੍ਹਨੇ ਨਹੀਂ ਪਾਇਆ। ਮੈਂ ਛੋਟਾ ਸੀ, ਕੱਦਾਂ ਹਲਕਾ ਸੀ, ਮਾਪਿਆਂ ਦਾ ਇਕੱਲਾ ਪੁੱਤ ਸੀ। ਅਗਲਿਆਂ ਨੂੰ ਡਰ ਸੀ ਵੀ ਇਹਨੂੰ ਕੋਈ ਕੁੱਟੇ ਨਾ, ਮਾਰੇ ਨਾ। ਹਾਂਜੀ। ਅਤੇ ਉਹ ਫਿਰ ਮੈਨੂੰ ਸਕੂਲੇ ਨਹੀਂ ਭੇਜਿਆ, ਮੈਂ 4th ਪਾਸ ਕਰ ਲਈ। ਘਰਦਿਆਂ ਨੇ ਮੈਨੂੰ 5th 'ਚ ਨਹੀਂ ਦਾਖਲ ਕਰਾਇਆ। ਫਿਰ ਮੈਂ ਰੋਣਾ ਸ਼ੁਰੂ ਕਰ ਦਿੱਤਾ। ਫਿਰ ਘਰਦਿਆਂ ਨੇ ਮੈਨੂੰ ਨੇੜੇ ਦੇ 6 ਨਿਗਟਰ ਸਕੂਲ 'ਚ ਪੜ੍ਹਨੇ ਪਾਇਆ। ਉਹਦੇ ਮੈਂ 5th ਕੀਤੀ। 1 ਸਾਲ ਮੇਰਾ ਉਹ ਮਰ ਗਿਆ, ਮੈਨੂੰ 5th 'ਚ ਉੱਥੇ ਦਿੱਤਾ। ਫਿਰ ਮੈਂ ਕਹਾਂ ਵੀ ਮੈਂ ਅੰਗਰੇਜ਼ੀ ਪੜ੍ਹਨੀ ਆ। ਮੈਂ ਰੋਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਚੱਕ ਕੇ ਜ਼ਿਲ੍ਹਾ ਚੰਗ ਦਾ ਪਿੰਡ ਕੋਟ ਈਸ਼ਾ ਸ਼ਾਹ ਉੱਥੇ ਦਾਖਲ ਕਰਾਇਆ। ਮੁੜ ਕੇ ਫਿਰ 5th ਕਰ ਲਈ, ਮੁੜ ਕੇ ਫਿਰ 5th 'ਚ ਪਾਇਆ। ਉੱਥੋਂ ਫਿਰ ਮੈਂ 5th ਅਤੇ 6th ਪਾਸ ਕੀਤੀ। ਉੱਥੋਂ ਹਟ ਕੇ ਫਿਰ ਮੈਂ ਕਿਹਾ ਵੀ ਮੈਂ ਨਹੀਂ ਪਾਉਣਾ। ਉੱਥੇ ਹੜ੍ਹ ਬੜਾ ਆਉਂਦਾ ਸੀ, ਦਰਿਆ ਜੇਹਲਮ ਦੇ ਕੰਢੇ ਸੀ ਉਹ ਪਿੰਡ ਜਿੱਥੇ ਸੀ ਹੜ੍ਹ ਬੜਾ ਆਉਣਾ, ਉਹਨੂੰ ਕਾਂਗ ਸੱਦੇ ਸੀ। ਅਤੇ ਫਿਰ ਮੇਰੇ ਬਜ਼ੁਰਗ ਨੇ ਮੈਨੂੰ ਉੱਥੋਂ ਚੱਕ ਕੇ ਲਿਆਂਦਾ, ਕਿਉਂਕਿ ਹੜ੍ਹ ਇੰਨਾ ਸੀ ਕਿ ਉਹ ਸਾਰਾ ਪਿੰਡ ਜਿਹੜਾ ਉਹਦੀ ਲਪੇਟ 'ਚ ਆ ਚੁੱਕਾ ਸੀ। ਉਸ ਕਰਕੇ ਫਿਰ ਮੈਨੂੰ ਗੁਰੂ ਸਰ ਡਿਸਟ੍ਰਿਕਟ ਸਰਗੋਧੇ ਦੇ ਵਿੱਚ ਅਲਦਾਣਾ ਸਟੇਸ਼ਨ ਦੇ ਨੇੜੇ ਸਕੂਲ ਸੀ ਗੁਰੂ ਸਰ, ਉਸ ਸਕੂਲ 'ਚ ਪਾਇਆ। ਉੱਥੇ ਮੈਂ 7th-8th ਕੀਤੀ। ਇਹ ਬਾਬਾ ਜੀ ਟੀਚਰ ਯਾਦ ਨੇ ਤੁਹਾਨੂੰ? ਹਾਂਜੀ, ਟੀਚਰ ਯਾਦ ਸਾਹਿਬ ਜੀ। ਮੇਨ ਮਤਲਬ ਜਿਹੜਾ ਉੱਥੇ ਦਾ ਸੀਗਾ, ਜਿੱਥੇ ਮੈਂ ਪਹਿਲਾਂ 5th-6th ਕੀਤੀ, ਉੱਥੇ ਮੌਲਵੀ ਰੰਗ ਲਾਈ, ਮੌਲਵੀ ਮੁਹੰਮਦ ਲਾਈ, ਸ਼੍ਰੀ ਬਾਕਰ ਹੁਸੈਨ, ਇਹ ਟੀਚਰ ਸੀਗੇ। ਅਤੇ ਜਿੱਥੇ ਗੁਰੂ ਸਰ ਆਇਆ, ਉੱਥੇ ਜਸਵੰਤ ਸਿੰਘ ਮਾਸਟਰ ਹੁੰਦਾ ਸੀ, ਗੰਡਾ ਸਿੰਘ ਹੈਡਮਾਸਟਰ ਹੁੰਦਾ ਸੀ। ਅਤੇ ਬਾਬਾ ਜੀ ਤੁਹਾਡੇ ਚੱਕ ਬਾਰੇ ਥੋੜ੍ਹੀਆਂ ਜਿਹੀਆਂ ਗੱਲਾਂ ਕਰ ਲਈਏ। ਅੱਛਾ ਜੀ। ਉਹ ਚੱਕ ਦੇ ਵਿੱਚ ਇੱਧਰੋਂ ਕਿਹੜੇ ਕਿਹੜੇ ਪਿੰਡਾਂ ਤੋਂ ਗਏ ਸੀ ਲੋਕ? ਇੱਥੇ 17 ਜ਼ਿਲ੍ਹਿਆਂ ਦੇ ਗਏ ਸੀ ਜੀ। ਇੱਕ ਇੱਕ ਘਰ ਇੱਕ ਇੱਕ ਜ਼ਿਲ੍ਹੇ ਦਾ ਸੀ, ਅੰਬਾਲੇ ਦਾ, ਜਲੰਧਰ ਦਾ, ਹੁਸ਼ਿਆਰਪੁਰ ਦਾ, ਫਿਰੋਜ਼ਪੁਰ ਦਾ, ਯਾਨੀ ਜਿੰਨੇ ਵੀ ਜ਼ਿਲ੍ਹੇ ਸੀ ਇਹ ਸਾਰਿਆਂ ਜ਼ਿਲ੍ਹਿਆਂ ਦਾ ਇੱਕ ਇੱਕ ਬੰਦਾ ਘਰ ਉੱਥੇ ਸੀ ਮਰੱਬੇ ਉਹਨਾਂ ਨੂੰ ਸੀ। ਬਾਬਾ ਜੀ ਜਿਹੜੇ ਬਾਕੀ ਸੀਗੇ, ਤੁਹਾਨੂੰ ਪਿੰਡ ਯਾਦ ਉਹਨਾਂ ਦੇ ਇੱਧਰ ਪਿੱਛੇ ਕਿਹੜੇ ਸੀ? ਨਹੀਂ, ਉਹਨਾਂ ਦੇ ਪਿੰਡ ਨਹੀਂ ਯਾਦ, ਕੋਈ ਕਿਸੇ ਪਾਸੇ ਦਾ, ਕੋਈ ਕਿਸੇ ਦਾ। ਇੱਕ ਮੈਨੂੰ ਤਰਨ ਤਰਨ ਦਾ ਪਤਾ, ਉਹਦਾ ਪਿੰਡ ਸੀ ਚੰਚਲ ਸਿੰਘ ਦਾ, ਇੱਧਰ ਤਰਨ ਤਰਨ ਦੇ ਕੋਲ ਜਿੱਥੇ ਕਿ ਕੈਰੋਂ ਹੋਇਆ, ਉੱਥੇ ਦਾ ਸੀ ਉਹ। ਕੈਰੋਂ ਦਾ, ਖਾਸ ਕੈਰੋਂ ਦਾ ਹੀ ਸੀ? ਹਾਂ, ਕੈਰੋਂ ਦੇ ਨਾਲ ਦੇ ਪਿੰਡ ਦਾ, ਉੱਥੇ ਦਾ ਚੰਚਲ ਸਿੰਘ ਸੀ, ਮੋਟਾ ਚੰਚਲ ਸਿੰਘ। ਪਤਲਾ ਚੰਚਲ ਸਿੰਘ ਸੀ, ਉਹਦਾ ਪਿੰਡ ਕੋਈ ਹੋਰ ਸੀ, ਮੋਟੇ ਚੰਚਲ ਸਿੰਘ ਦਾ ਪਿੰਡ ਉਹ ਸੀ। ਉਹ ਮਿਲਣ ਆਉਂਦਾ ਹੁੰਦਾ ਸੀ ਸਾਨੂੰ, ਇੱਥੇ ਮਿਲਣ ਆਉਂਦੇ ਰਹੇ ਉਹ ਸਾਨੂੰ, ਟਾਂਡੇ ਮਿਲਣ ਆਉਂਦਾ ਰਿਹਾ ਸਾਨੂੰ। ਜ਼ਮੀਨ ਸਭ ਤੋਂ ਪਹਿਲਾਂ ਟਾਂਡੇ ਪਈ ਸੀ, ਜਿਹੜੀ ਇਸ ਵੇਲੇ ਟਾਂਡਾ ਮੰਡੀ ਆ ਨਾ, ਉੱਥੇ ਸਾਨੂੰ 55 ਖੇਤ ਮਿਲੇ ਸੀ ਜੀ। ਹਾਂਜੀ। ਬਾਬਾ ਜੀ ਉਹ ਤੁਸੀਂ ਤਾਂ ਸੀਗੇ ਸੈਣੀ ਫੈਮਿਲੀ 'ਚੋਂ ਨਾ ਜੀ? ਹਾਂਜੀ। ਤੁਹਾਡੀ ਗੋਤ ਗੇਲਣ ਆ। ਹਾਂਜੀ। ਅਤੇ ਜਿਹੜੇ ਬਾਕੀ ਸੀਗੇ ਉਹ ਜੱਟ ਸੀ ਜਾਂ ਸੈਣੀ ਕੌਣ ਸੀਗੇ? ਉੱਥੇ ਜੀ ਜੱਟ ਸੀਗੇ ਜੀ, ਵੱਖੋ ਵੱਖਰੇ ਸੀ ਜੱਟ। ਕੋਈ ਅੰਬਾਲੀਆ ਜੱਟ ਸੀ, ਕੋਈ ਫਿਰੋਜ਼ਪੁਰੀਆ ਜੱਟ ਸੀ, ਕੋਈ ਜਲੰਧਰੀਆ ਜੱਟ ਸੀ, ਇਹ ਸੀ। ਅਤੇ ਮੁਸਲਮਾਨਾਂ ਦੇ ਘਰ ਵੀ ਸੀਗੇ? ਮੁਸਲਮਾਨਾਂ ਦੇ ਘਰ ਉਸ ਪਿੰਡ ਵਿੱਚ ਨਹੀਂ ਸੀ, ਜਿਹੜੀ ਆਬਾਦੀ ਸੀ ਮੁਸਲਮਾਨਾਂ ਦੀ, ਨੌਕਰ ਜਿਹੜੇ ਸੀ ਉਹ ਉਹਨਾਂ ਦੇ ਹਾਤਿਆਂ ਵਿੱਚ ਰਹਿੰਦੇ ਸੀ, ਬੜੇ ਆਰਾਮ ਨਾਲ ਰਹਿੰਦੇ ਸੀ, ਉਹ ਨੌਕਰ ਸੀ। ਬਾਬੇ ਸਾਡੇ ਨੇ ਉਹਨਾਂ ਨੂੰ ਮਸੀਤ ਬਣਾ ਕੇ ਦਿੱਤੀ ਸੀ, ਬਾਕੀ ਬਣਨ ਨਹੀਂ ਸੀ ਦਿੰਦੇ। ਅਤੇ ਬਾਬੇ ਮੇਰੇ ਨੇ ਮਸੀਤ ਧੋਬੀਆਂ ਨੂੰ ਬਣਾ ਕੇ ਦਿੱਤੀ ਸੀ, ਉਹ ਕਹਿੰਦੇ ਸਾਨੂੰ ਬਾਬਾ ਮਸੀਤ ਬਣਾ ਦੇ, ਮਸੀਤ। ਵਾਹ ਜੀ ਵਾਹ। ਕੀ ਨਾਂ ਸੀ ਤੁਹਾਡੇ ਬਾਬਾ ਜੀ ਦਾ? ਸਰਦਾਰ ਹਜੂਰਾ ਸਿੰਘ।
ਤੇ ਤੁਹਾਡੇ ਪਿਤਾ ਜੀ ਦਾ ਕੀ ਨਾਮ? ਸਰਦਾਰ ਦਰਬਾਰਾ ਸਿੰਘ। ਠੀਕ, ਉਹਦਾ ਮਤਲਬ ਬਹੁਤ ਚੰਗੇ ਇਨਸਾਨ ਸੀਗੇ। ਦੇਖੋ ਜੀ, ਇਨਸਾਨ ਚੰਗੇ ਮਾੜੇ ਹੁੰਦੇ ਹੀ ਆ, ਕੋਈ ਦਇਆਵਾਨ ਹੁੰਦਾ ਕੋਈ ਨਹੀਂ ਹੁੰਦਾ, ਕੋਈ ਦਸ ਪਾਤੀ ਦੀ ਲਿਹਾਜ਼ ਕਰਦਾ, ਲੇਕਿਨ ਉਹ ਲੋਕ ਬਹੁਤ ਹੀ ਚੰਗੇ ਸੀ ਮੁਸਲਮਾਨ। ਠੀਕ, ਤੁਹਾਨੂੰ ਉਹਨਾਂ ਦੇ ਨਾਮ ਯਾਦ? ਨਹੀਂ, ਹੁਣ ਜਿਹੜੇ ਮੇਰੇ ਨੌਨਾਂ ਵਿੱਚੋਂ ਤਾਂ ਯਾਰ ਮੁਹੰਮਦ ਅਲੀ, ਹਾਂਜੀ ਮੁਰਾਦ, ਮੁਰਾਦਾ ਮੁਰਾਦ, ਹਾਂਜੀ ਮੋਦੀ, ਇਹ ਸਾਡੇ ਨੌਕਰ ਸੀ ਉੱਥੇ, ਜਗੀਰਾ ਉਹ ਸੀ ਨੌਕਰ ਸੀ, ਮੁਸਲਮਾਨ ਸੀ ਸਾਰੇ। ਹਾਂ ਮੁਸਲਮਾਨ। ਇਹ ਨੇੜਿਓਂ ਕਿਹੜੇ ਪਿੰਡਾਂ ਦੇ, ਮਤਲਬ ਪਿੰਡਾਂ 'ਚੋਂ ਆਉਂਦੇ ਸੀਗੇ ਤੁਹਾਡੇ ਕੰਮ ਕਰਨ ਜਾਂ ਰਹਿੰਦੇ? ਉਹ ਤਕਰੀਬਨ ਜਿਹਨਾਂ ਨੇ ਨੌਕਰ ਰਹਿਣਾ ਸੀ, ਸਾਡੇ ਜਿਹੜੇ ਹਾਤੇ ਸੀ, ਦੋ ਦੋ ਹਾਤੇ ਮਿਲੇ ਹੁੰਦੇ ਸੀ, ਚਾਰ ਚਾਰ ਕਨਾਲ, ਉੱਥੇ ਜਿਹੜੇ ਮਜ਼ਦੂਰਾਂ ਨੂੰ ਕੋਠੇ ਪਾ ਕੇ ਦਿੱਤੇ ਹੁੰਦੇ ਸੀ, ਤਾਂ ਉੱਥੇ ਉਹ ਰਿਹਾਇਸ਼ ਰੱਖਦੇ ਸੀ। ਕਪਾਹ ਚੁਗਣ ਵਾਸਤੇ ਨੇੜਿਓਂ ਥਲ ਤੋਂ ਔਰਤਾਂ ਆ ਜਾਂਦੀਆਂ ਸੀ, ਅਤੇ ਉਹ ਕਪਾਹਾਂ ਦੇ ਦਿਨਾਂ ਚੁਗਦੀਆਂ ਸੀ, ਉਹਨਾਂ ਨੂੰ ਰਿਹਾਇਸ਼ ਦਿੱਤੀ ਹੁੰਦੀ ਸੀ, ਅਤੇ ਉਹ ਕਪਾਹ ਚੁਗਣ ਤੋਂ ਜਦੋਂ ਸੀਜ਼ਨ ਖਤਮ ਹੋ ਜਾਂਦਾ ਸੀ ਅਤੇ ਉਹ ਵਾਪਸ ਚਲੇ ਜਾਂਦੀਆਂ ਸੀ। ਜਿੱਦਾਂ ਬਿਹਾਰ ਦੇ ਮਜ਼ਦੂਰ ਆਉਂਦੇ ਕੰਮ ਕਰਨ, ਇਸੇ ਤਰ੍ਹਾਂ ਉੱਥੇ ਕਪਾਹ ਦੇ ਚੋਗੀਆਂ ਦੇ ਰੂਪ ਵਿੱਚ ਆਉਂਦੇ ਸੀ। ਠੀਕ, ਨੇੜੇ ਨੇੜੇ ਕਿਹੜੇ ਚੱਕ ਸੀਗੇ ਹੋਰ ਉੱਥੇ? ਜੀ ਪੰਜ ਚੱਕ ਸਿੱਖਾਂ ਦੇ ਸੀ, 59, 60, 57, 54 ਅਤੇ 55। ਬਾਕੀ ਮੁਸਲਮਾਨਾਂ ਦੇ ਪਿੰਡ ਸੀ। ਤੁਸੀਂ ਮੁਸਲਮਾਨਾਂ ਦੇ ਘਿਰੇ ਹੋ ਸੀ ਕਹਿ ਲਓ? ਨਹੀਂ ਘਿਰੇ ਨਹੀਂ ਸੀ, ਵੈਸੇ ਘਿਰੇ ਤਾਂ ਸਮਝ ਲਓ, ਪਰ ਲੇਕਿਨ ਉਹ ਚੰਗੇ ਸੀ, ਕੋਈ ਉਹਨਾਂ 'ਚ ਵਿਤਕਰਾ ਨਹੀਂ ਸੀ। ਸਾਡੇ ਬਾਬੇ ਦੇ ਧਰਮ ਭਰਾ ਬਣੇ ਸੀ, ਮੇਰੇ ਬਾਬੇ ਨੂੰ ਜਦੋਂ ਹੱਲਾ ਪਿਆ ਉਹੀ ਰਹਿ ਗਿਆ ਸੀ, ਉਸ ਪਾਸੇ ਅਸੀਂ ਆ ਗਏ ਸੀ। ਮੁਸਲਮਾਨ ਤੌਲਕਿਆਂ ਵਾਲੇ ਉਹਨੂੰ ਘੋੜੀ 'ਤੇ ਚੜ੍ਹਾ ਕੇ ਆਪਣੇ ਘਰ ਲੈ ਗਏ, ਫਿਰ ਉਹਨੂੰ ਚੱਕ ਕੇ ਕੈਂਪ ਦੇ ਵਿੱਚ ਲਹਿਰਪੁਰ ਛੱਡ ਕੇ ਆਏ ਸੀ। ਵਾਹ ਜੀ ਵਾਹ। ਇਹ ਕਿਹੜੇ ਪਿੰਡ ਦੇ ਸੀ ਉਹ? ਉਹ ਤੌਲਕਾ ਸੀ ਪਿੰਡ ਦਾ, ਮੁਸਲਮਾਨਾਂ ਦਾ ਪਿੰਡ ਤੌਲਕਾ ਸੀ, ਉਹ ਧਰਮ ਭਰਾ ਮੇਰੇ ਬਾਬੇ ਦੇ ਬਣੇ। ਤੁਹਾਡੇ ਬਾਬਾ ਜੀ ਉਹਨਾਂ ਦੇ ਨਾਮ ਵੀ ਦੱਸਦੇ ਹੋਣੇ ਆ, ਵੀ ਕੀ ਨਾਂ ਸੀ? ਨਹੀਂ ਮੈਨੂੰ ਨਹੀਂ ਉਹਨਾਂ ਦਾ ਪਤਾ, ਬੱਚਾ ਸੀ, ਨਾਂ ਦਾ ਨਹੀਂ ਸੀ। ਉਹਨਾਂ ਦੇ ਉਹਦੇ ਘਰ ਜਿਹੜੇ ਧਰਮਚਾਰ ਸੀ, ਉਹ ਸਾਨੂੰ ਜਿੱਦਾਂ ਅਸੀਂ ਪ੍ਰਾਹੁਣਚਾਰੀ ਇੱਕ ਦੂਜੇ ਦੇ ਘਰ ਜਾਂਦੇ ਹਾਂ, ਅਸੀਂ ਨਿੱਕੇ ਹੁੰਦੇ ਉਹਨਾਂ ਦੇ ਘਰ ਜਾਂਦੇ ਰਹੇ। ਉਹ ਸਾਤੋਂ ਕੋਈ 7-8 ਕਿਲੋਮੀਟਰ ਦੇ ਪਿੰਡ। ਅੱਛਾ, ਵਾਹ ਜੀ ਵਾਹ। ਮਤਲਬ ਦੇਖ ਲਓ ਤੁਹਾਡੇ ਬਾਬਾ ਜੀ ਨੂੰ ਛੱਡ ਕੇ ਗਏ ਕੈਂਪ ਤੱਕ, ਛੱਡ ਕੇ ਗਏ, ਉਹ ਤੁਹਾਡੇ ਬਾਬਾ ਜੀ ਆਖਰੀ ਦਮ ਤੱਕ ਉਹਨਾਂ ਨੂੰ ਯਾਦ ਕਰਦੇ ਰਹੇ। ਬਾਬਾ ਜੀ ਸਾਡੇ ਜਿਹੜੇ ਉੱਥੇ ਸੁਰਗਵਾਸ ਹੋ ਗਏ, ਲੈਲਪੁਰ ਹੈਜ਼ਾ ਪੈ ਗਿਆ ਕੈਂਪ ਦੇ ਵਿੱਚ, ਕੈਂਪ ਦੇ ਹੈਜ਼ਾ ਇਕੱਲੇ ਸੀ, ਇਕੱਲੇ ਸੀ ਉਹ, ਇਕੱਲੇ ਸੀ। ਅਸੀਂ ਪਹਿਲਾਂ ਆ ਗਏ ਸੀ, ਅਸੀਂ ਹੱਲਿਆਂ ਤੋਂ ਪਹਿਲਾਂ ਮੈਂ ਆ ਗਿਆ ਸੀ, ਮੈਂ 9ਵੀਂ 'ਚ ਆਣ ਕੇ ਇੱਥੇ ਦਾਖਲ ਹੋਇਆ ਟਾਂਡੇ ਡੀ ਏ ਵੀ ਸਕੂਲ ਉਰਮਲ, ਇੱਥੋਂ ਮੈਂ 10ਵੀਂ ਪਾਸ ਕੀਤੀ। ਨਹੀਂ ਤੁਸੀਂ ਰੌਲਿਆਂ ਤੋਂ ਪਹਿਲਾਂ ਇੱਥੇ ਆ ਗਏ? ਮੈਂ ਰੌਲਿਆਂ ਤੋਂ ਪਹਿਲਾਂ, ਮੇਰੀ ਦਾਦੀ ਬਿਮਾਰ ਸੀ, ਉਹ ਕਹਿੰਦੇ ਸੀ ਵੀ ਇਹ ਜਿਹੜਾ ਹੁਸ਼ਿਆਰਪੁਰ ਦਾ ਇਲਾਕਾ ਠੰਡਾ ਅਤੇ ਉਹ ਗਰਮਿਆ, ਇਸ ਕਰਕੇ ਇਹਨੂੰ ਠੰਡੇ ਇਲਾਕੇ 'ਚ ਲੈ ਜਾਓ। ਚਲੋ ਤੁਸੀਂ ਟਾਂਡੇ ਦੇ ਸਕੂਲ ਬਾਰੇ ਦੱਸੋ ਜੀ, ਟੀਚਰ ਕੌਣ ਸੀਗੇ ਉਦੋਂ? ਟਾਂਡੇ 'ਚ ਸਾਡਾ ਜਿਹੜਾ ਸੀ, ਜਿੱਥੇ ਮੈਂ ਪੜ੍ਹਦਾ ਸੀ ਉੱਥੇ ਸੀਗਾ ਹੈਡਮਾਸਟਰ ਵਿਦਿਆ ਰਤਨ, ਲਾਲਾ ਭਗਵਾਨ ਦਾਸ, ਮਾਸਟਰ ਕਰਤਾਰਾ ਰਾਮ, ਹੈਂਜੀ, ਅਤੇ ਇੱਕ ਪੀ ਟੀ ਹੁੰਦਾ ਸੀ ਉਹਦਾ ਨਿਰਮਲ ਸਿੰਘ, ਹੈਂਜੀ, ਫਿਰ ਗਿਆਨੀ ਗਿਆਨ ਸਿੰਘ ਅਤੇ ਗਿਆਨੀ ਭਗਵਾਨ ਸਿੰਘ, ਇਹ ਹੁੰਦੇ ਸੀ। ਅੱਛਾ, ਅਤੇ ਬਾਬਾ ਜੀ ਨਾਲ ਬੱਚੇ ਜਿਹੜੇ ਪੜ੍ਹਦੇ ਸੀ ਮੁਸਲਮਾਨਾਂ ਦੇ ਵੀ ਸੀਗੇ? ਕਿੱਥੇ, ਇੱਥੇ ਕਿ ਉੱਥੇ? ਟਾਂਡੇ, ਟਾਂਡੇ ਹਾਂ ਮੁਸਲਮਾਨਾਂ ਦੇ ਵੀ ਸੀਗੇ, ਪਰ ਪਾਕਿਸਤਾਨ ਬਣਨ ਦੇ ਬਾਅਦ ਛੇਤੀ, ਮੈਂ ਕਿਉਂਕਿ ਅਪ੍ਰੈਲ 'ਚ ਦਾਖਲ ਹੋਇਆ ਅਤੇ ਜਿਹੜਾ ਪਾਕਿਸਤਾਨ ਬਣਿਆ 15 ਅਗਸਤ ਨੂੰ ਬਣਿਆ, ਉਹ ਫਿਰ ਸ਼ਿਫਟ ਹੋ ਗਿਆ। ਜਾਣੀ ਕਿ ਜਦੋਂ ਪਾਰਟੀਸ਼ਨ ਹੋਈ ਤੁਸੀਂ ਉੱਧਰ ਨੂੰ ਇੱਧਰ ਨਹੀਂ ਆਏ, ਉੱਧਰ ਸਿਰਫ ਤੁਹਾਡੇ ਬਾਬਾ ਜੀ ਰਹਿ ਗਏ? ਬਾਬੇ ਰਹਿ ਗਏ, ਅਸੀਂ ਪਹਿਲਾਂ ਆ ਗਏ। ਤੁਸੀਂ ਪਹਿਲਾਂ ਆ ਗਏ, ਅਤੇ ਤੁਸੀਂ ਇੱਧਰਲੇ ਹਾਲਾਤ ਦੱਸ ਦਿਓ ਵੀ ਟਾਂਡੇ ਦੇ ਹਾਲਾਤ ਕੀ ਬਣੇ 47 'ਚ? 47 ਦੇ ਟਾਂਡੇ ਦਾ ਹਾਲ ਨਾ ਪੁੱਛੋ, ਕਿਉਂਕਿ ਜਿਹੜਾ ਮਿਆਣੀ 'ਤੇ ਹਮਲਾ ਕੀਤਾ ਸਾਡੇ ਲੋਕਾਂ ਨੇ ਪਠਾਣਾ ਦੇ ਪਿੰਡ 'ਤੇ, ਉੱਥੇ ਹਮਲਾ ਕੀਤਾ, ਰੌਲਾ ਪੈ ਗਿਆ ਵੀ ਆ ਗਏ ਮੁਸਲਮਾਨ, ਲੋਕਾਂ ਨੇ ਦਰਦਿਆਂ ਮਾਰਿਆ, ਬੇਜ ਦੇ ਵਿੱਚ ਛਾਲਾਂ ਮਾਰਤੀ, 513 ਬੰਦੇ ਡੁੱਬ ਕੇ ਮਰ ਗਏ ਸਾਡੇ, ਉਹਨਾਂ ਨੇ ਕੁਛ ਨਹੀਂ ਕਿਹਾ, ਉਹ ਆਪਣੇ ਡਰ ਨਾਲ ਹੀ ਮਰ ਗਏ, ਕਿਉਂਕਿ ਮਿਆਣੀ ਦੇ ਕਹਿੰਦੇ ਕਾਫੀ ਪਠਾਣ ਮਸ਼ਹੂਰ ਸੀਗੇ। ਉਹ ਮਸ਼ਹੂਰ ਸੀਗੇ, ਚੰਗੇ ਸੀ, ਉਹ ਵੀ ਚੰਗੇ ਸੀ, ਜਿਸ ਪਿੰਡ 'ਚ ਅਸੀਂ ਰਹਿੰਦੇ ਸੀ ਉਹ ਵੀ ਪਠਾਣਾ ਦਾ ਪਿੰਡ ਸੀ। ਤੁਸੀਂ ਅਯਾਪੁਰ ਰਹਿੰਦੇ ਸੀ? ਨਹੀਂ, ਅਸੀਂ ਰਸੂਲਪੁਰ ਰਹਿੰਦੇ ਸੀ, ਰਸੂਲਪੁਰ ਪਿੰਡ ਹੈ ਟਾਂਡੇ ਦੇ ਨਾਲ ਚੜ੍ਹਦੇ। ਅੱਛਾ, ਇਹਦਾ ਮਤਲਬ ਜਦੋਂ ਤੁਸੀਂ ਰਸੂਲਪੁਰ ਰਹਿ ਰਹੇ ਸੀਗੇ, ਉਸ ਵੇਲੇ ਉੱਥੇ ਮੁਸਲਮਾਨ ਰਹਿ ਰਹੇ ਸੀਗੇ? ਨਹੀਂ, ਉਸ ਵੇਲੇ ਉਹ ਚਲੇ ਗਏ ਸੀ, ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਸਾਫ਼ ਸੂਫ ਕੀਤੀਆਂ ਸੀ,
ਹੱਡੀਆਂ ਉਹਦੀਆਂ ਚੱਕ ਕੇ ਇੱਕ ਪਾਸੇ ਕੀਤੀਆਂ, ਖੂਹ ਸਾਫ਼ ਕੀਤੇ ਅਤੇ ਉੱਥੇ ਰਿਹਾਇਸ਼ ਕੀਤੀ। ਔਰ ਕਾਫ਼ੀ ਕਤਲੋਗਾਰਤ ਹੋਈ ਰਸੂਲਪੁਰ 'ਚ? ਰਸੂਲਪੁਰ ਦੇ ਵਿੱਚ ਜੀ ਲੋਕਾਂ ਨੇ ਇੰਨਾ ਕੁ ਦੂਜਿਆਂ ਨੂੰ ਮਾਰਿਆ, ਮੁਸਲਮਾਨਾਂ ਨੇ ਹਿੰਦੂ ਮਾਰੇ, ਹਿੰਦੂਆਂ ਨੇ ਮੁਸਲਮਾਨ ਮਾਰੇ, ਰੱਬ ਬਖਸ਼ੇ ਉਸ ਸੀਨ ਤੋਂ ਦੱਸਿਆ, ਬਿਆਨ ਨਹੀਂ ਕੀਤਾ ਜਾਂਦਾ। ਕਹਿ ਰਹੀ ਸੀ ਖੂਨ ਚਿੱਟਾ ਹੋਇਆ ਸੀ ਮੁਸਲਮਾਨਾਂ ਦਾ ਵੀ ਅਤੇ ਹਿੰਦੂਆਂ ਦਾ। ਮਤਲਬ ਤੁਹਾਨੂੰ ਉਹ ਸਮਾਂ ਯਾਦ ਆ ਜਦੋਂ ਤੁਸੀਂ ਰਸੂਲਪੁਰ ਲਾਸ਼ਾਂ ਸਾਫ਼ ਕੀਤੀਆਂ? ਹਾਂਜੀ ਹਾਂਜੀ। ਔਰ ਦਫਨਾਈਆਂ? ਹਾਂਜੀ। ਖੂਹ ਸਾਫ਼ ਕੀਤੇ, ਖੂਹ ਵੀ ਭਰੇ ਪਏ ਸੀ? ਹਾਂਜੀ, ਖੂਹ ਵੀ ਛਾਲਾਂ ਮਾਰ ਦਿੱਤੀਆਂ ਸੀ ਬੀਬੀਆਂ ਨੇ, ਬੀਬੀਆਂ ਨਾਲ ਆਪਣੀ ਗੈਰਤ ਨੂੰ ਬਚਾਉਣ ਦੀ, ਇੱਜ਼ਤ ਨੂੰ ਬਚਾਉਣ ਕੇ ਖੂਹ 'ਚ ਛਾਲਾਂ ਮਾਰ ਦਿੱਤੀਆਂ ਸੀ। ਜਿੱਦਾਂ ਅੰਮ੍ਰਿਤਸਰ ਆਪਣੇ ਜਲ੍ਹਿਆਂਵਾਲੇ ਬਾਗ 'ਚ ਡਾਇਰ ਨੇ ਗੋਲੀ ਚਲਾਈ ਅਤੇ ਲੋਕਾਂ ਨੇ ਕਈਆਂ ਲਾਸ਼ਾਂ ਚੱਕ ਕੇ ਸਿੱਟੀਆਂ, ਕਈਆਂ ਨੇ ਉਸ ਖੂਹ 'ਚ ਛਾਲਾਂ ਮਾਰ ਦਿਆ। ਇਸੇ ਤਰ੍ਹਾਂ ਹੀ ਉਹਨਾਂ ਦਿਨਾਂ ਦੇ ਵਿੱਚ ਲੋਕਾਂ ਨੇ ਛਾਲ ਮਾਰਿਆ, ਕੋਈ ਇੱਜ਼ਤ ਨਹੀਂ ਸੀ ਕਰਦਾ ਕਿਸੇ ਦੀ। ਅਤੇ ਤੁਸੀਂ ਵੀ ਇਸ ਸਮੇਂ ਦੇ ਦੌਰਾਨ ਜਦੋਂ ਸਾਰੀ ਇਹ ਵੱਟ ਹੋ ਰਹੀ ਸੀ, ਰੌਲੇ ਪੈ ਰਹੇ ਸੀ, ਇੱਧਰੋਂ ਕਾਫਲੇ ਜਾ ਰਹੇ ਸੀ ਮੁਸਲਮਾਨਾਂ ਦੇ, ਤੁਸੀਂ ਉਸ ਵੇਲੇ ਕਿਹੜੇ ਪਿੰਡ 'ਚ ਸੀਗੇ? ਉਸ ਵੇਲੇ ਅਸੀਂ ਰਾਜਪੁਰ ਗੋਤਾਂ ਵਿੱਚ ਸੀ। ਮਾਂ ਮੇਰੀ 15 ਅਗਸਤ 1947 ਨੂੰ ਆਈ, ਉਹਦੀ ਮੇਰੀ ਜਿਹੜੀ ਛੋਟੀ ਭੈਣ ਉਹ 7 ਦਿਨਾਂ ਦੀ ਲੈ ਕੇ ਆਈ। ਲਾਹੌਰ ਜਿਹੜਾ ਸੀ ਨਾ, ਮੇਰਾ ਨਾਲ ਚਾਚਾ ਸੀ ਪਤਨ ਸਿੰਘ, ਉਹ ਜਿਹੜੇ ਇੱਧਰ ਜਲੰਧਰ ਨੂੰ ਗੱਡੀ ਚੱਲੀ ਅਤੇ ਉਹ ਫਿਰ ਨੱਚ ਕੇ ਚੜਿਆ। ਉਹਨੂੰ ਕੁੱਟਮਾਰ ਬੜੀ ਕੀਤੀ ਲਾਹੌਰ ਸਟੇਸ਼ਨ 'ਤੇ, ਕਿਉਂਕਿ ਉਹਨੇ ਪੱਗ ਬੰਨ੍ਹੀ ਸੀ, ਸਰਦਾਰ ਸਾਹਿਬ ਹੀ ਦੇਖਦਾ ਸੀ। ਉਹ ਨੱਚ ਕੇ ਜਨਾਨੀ ਡੱਬੇ 'ਤੇ ਚੜਿਆ ਅਤੇ ਆਪਣੀ ਜਾਨ ਬਚੀ ਉਹਦੀ। ਚਲੋ, ਹੋਰ ਤੁਹਾਨੂੰ ਹੁਣ ਕਿੰਨਾ ਕੁ ਯਾਦ ਆ ਜੀ ਉਹ ਤੁਹਾਡਾ ਸਰਗੋਧੇ ਵਾਲਾ? ਸਰਗੋਧੇ ਦਾ ਯਾਦ ਬਹੁਤ ਹੀ ਵਧੀਆ ਯਾਦ ਹੈ ਜੀ। ਗੁਰੂ ਸਾਹਿਬ ਤਲਾਬ ਬਣਿਆ ਹੁੰਦਾ ਸੀ, ਖਾਲਸਾ ਸਕੂਲ ਸੀ, ਉੱਥੇ ਨਹਾਉਂਦੇ ਸੀ, ਚੁੱਭੀਆਂ ਲਾਉਂਦੇ ਸੀ। ਉਸ ਤੋਂ ਪਹਿਲਾਂ ਚੰਗ ਦੇ ਸਕੂਲ, ਕੋਠੀ ਸ਼ਾਹ ਦਰਿਆ ਜ਼ੁਲਮ ਸੀ ਹੁੰਦਾ, ਨਿਆਣੇ ਸੀ। ਮਾਸਟਰ ਨੇ ਸਾਨੂੰ, ਪੰਡਿਤ ਜੀ ਨੇ ਕਹਿਣਾ ਵੀ ਮੇਰੀ ਗੁੰਗਲੂ ਲਿਆਓ, ਸਗਮਲ ਜਿਹਨੂੰ ਕਹਿੰਦੇ ਆ, ਉਹ 8-8 ਕਿਲੋ 10-10 ਕਿਲੋ ਦਾ ਇੱਕ ਸਗਮਲ ਹੁੰਦਾ ਸੀ, ਚੱਕਣੀ ਹੁੰਦਾ ਨਿਆਣੇ, ਖੋਤੀ ਬੜੀ ਵੱਡੀ ਹੁੰਦੀ, ਉਹਦੇ ਕਚਾਵੇ 'ਚ ਲੱਦ ਕੇ ਲਿਆਈਦਾ ਸੀ ਅਤੇ ਦਰਿਆ ਦੇ ਵਿੱਚ ਨਹਾਈਦਾ ਸੀ ਅਤੇ ਡਰ ਨਹੀਂ ਸੀ ਲੱਗਦਾ, ਬੱਚੇ ਸੀ ਅਸੀਂ, ਮੂਰਖ ਸਮਝੋ ਜਾਂ ਜੋ ਮਰਜ਼ੀ, ਅਸੀਂ ਦਰਿਆ ਜ਼ੁਲਮ 'ਚ ਨਹਾਉਂਦੇ ਰਹੇ। ਬਾਬਾ ਜੀ, ਉਹ ਨਜ਼ਾਰੇ ਮੁੜ ਕੇ ਮਿਲੇ ਕਦੀ? ਨਹੀਂ, ਉੱਥੇ ਨਹੀਂ, ਇੱਥੇ ਨਹੀਂ ਕੋਈ ਵੀ ਮਿਲਿਆ। ਇੱਥੇ ਤਾਂ ਆਪੇ ਤਾਂ ਮਾਂ ਮੇਰੀ ਮੈਨੂੰ 1 ਰੁਪਈਆ ਦਿੰਦੀ ਸੀ ਮਹੀਨੇ ਦਾ ਖਰਚ, ਮੈਂ 2 ਪੈਸੇ ਰੋਜ਼ ਖਰਚਦਾ ਸੀ। ਮੈਂ ਸਾਰਿਆਂ ਮੁੰਡਿਆਂ ਨਾਲ ਸ਼ਾਹੂਕਾਰ ਮੁੰਡਾ ਸੀ, ਸਾਰੀ ਜੇਬ ਮੇਰੀ ਭਰੀ ਰਹਿੰਦੀ ਸੀ ਕਾਹਦੇ ਨਾਲ, ਕਾਜੂ ਨੇਜਾ, ਪਿਸਤਾ, ਬਦਾਮ, ਖਜੂਰਾਂ, ਇਹ ਖੁੱਲ੍ਹਾ ਮੇਵਾ ਉੱਧਰ ਆਮ ਮਿਲਦਾ ਸੀ। ਕਦੀ ਮੁੜ ਕੇ ਕੋਸ਼ਿਸ਼ ਕੀਤੀ? ਨਹੀਂ, ਕੋਸ਼ਿਸ਼ ਤਾਂ ਨਹੀਂ ਕੀਤੀ, ਕਿਉਂਕਿ ਉਹਦੇ ਜਿਹੜੇ ਸੱਜਣ ਸਾਨੂੰ ਮਿਲਣ ਆਏ ਸੀ ਲਾਹੌਰ ਤੋਂ, ਉਹਨਾਂ 'ਚੋਂ 2 ਪ੍ਰੈਸ ਰਿਪੋਰਟਰ ਸੀ, 1 ਵਕੀਲ ਸੀ, ਉਹਨਾਂ ਦੀ ਆਓ ਭਗਤ ਅਸੀਂ ਕੀਤੀ, ਉਹਨਾਂ ਨਾਲ ਜੱਫੀਆਂ ਪਾ ਕੇ ਮੇਰੇ ਫੋਟੋ ਖਿਚਾਈਆਂ, ਉਹਨਾਂ ਦਾ ਟੈਲੀਫੋਨ ਆਇਆ ਸੀ ਫਿਰ ਤੁਸੀਂ ਇੱਥੇ ਆਓ ਅਤੇ ਮਿਲੋ, ਸਾਨੂੰ ਦਿਖਾ ਦਈਏ ਸ਼ਹਿਰ ਲਾਹੌਰ। ਅੱਛਾ ਬਾਬਾ ਜੀ, ਜਿਹੜਾ ਇਹ ਪਿੰਡ ਆ ਸਿੰਘੋਵਾਲ, ਹਾਂਜੀ, ਇਹ ਤੁਹਾਨੂੰ ਕਦੋਂ ਮਿਲਿਆ, ਤੁਸੀਂ ਕਦੋਂ ਆਏ ਇੱਥੇ? ਅਸੀਂ ਇੱਥੇ ਆਏ ਜੀ ਸਨ 1955। ਉਦੋਂ ਕੋਈ ਪੱਕੇ ਮਕਾਨ ਕੋਈ ਨਹੀਂ, ਅਸੀਂ ਪੱਧਰੇ ਮੈਦਾਨ ਦੇ ਵਿੱਚ ਆਏ ਸੀ, ਰੜੇ ਮੈਦਾਨ ਦੇ ਵਿੱਚ ਸਿਰਕੀਆਂ ਲਾ ਕੇ, ਤਾਂ ਇੱਥੇ ਜਿੱਦਾਂ ਬਾਜੀਗਰ ਹੁੰਦੇ ਸਿਰਕੀਆਂ ਲਾ ਕੇ ਜਿੱਥੇ ਮਰਜ਼ੀ ਤੰਬੂ ਲਾ ਲੈਣ ਅਤੇ ਉੱਥੇ ਆਪਣੀ ਰਿਹਾਇਸ਼ ਕਰ, ਅਸੀਂ ਇੱਥੇ ਇੱਦਾਂ ਲਏ। ਖੋਏ ਸੀਗੇ ਬਾਹਰੋਂ ਲਿਆ ਕੇ ਬਾਂਸ, ਮੈਨੂੰ ਮੈਂ ਜਦੋਂ ਮਾਸਟਰ ਲੱਗਾ ਤਾਂ ਉਹਨਾਂ ਨੇ ਮੈਨੂੰ ਬਾਂਸ ਦਿੱਤੇ, ਮੇਰੇ 'ਤੇ ਤਰਸ ਖਾ ਕੇ 250 ਰੁਪਏ ਨੂੰ 100 ਬਾਂਸ, ਘੱਟੋ ਘੱਟ 20 ਫੁੱਟ ਇੱਕ ਬਾਂਸ ਹੁੰਦਾ ਸੀ, 100 ਬਾਂਸ 250 ਰੁਪਏ ਨੂੰ, ਅਤੇ ਮੈਂ 800 ਬਾਂਸ ਲਿਆ ਕੇ ਖੋਲੇ ਚੱਕੇ ਅਤੇ ਇੱਥੇ ਆਪਣੀ ਰਿਹਾਇਸ਼ ਕੀਤੀ। ਬਾਬਾ ਜੀ, ਇਹ ਜਿਹੜਾ ਪਿੰਡ ਸੀਗਾ, ਹਾਂਜੀ, ਇਹਦੇ ਬਾਰੇ ਜਿਹੜੇ ਜੱਦੀ ਬਜ਼ੁਰਗ ਸੀ ਉਹ ਕੀ ਦੱਸਦੇ ਸੀ, ਕਿਹਨਾਂ ਦਾ ਪਿੰਡ ਸੀ, ਕੌਣ ਵੱਸਦੇ ਸੀ? ਇੱਥੇ ਜੀ ਮੁਸਲਮਾਨ ਅਵਾਣ ਵੱਸਦੇ ਸੀ, ਇੱਥੇ ਤਰਖਾਣਾ ਦੇ ਘਰ ਸੀ, ਹੋਰ ਕੋਈ ਹੈ ਨਹੀਂ ਸੀ, ਹਿੰਦੂ ਹੈ ਨਹੀਂ ਸੀ ਕੋਈ ਵੀ, ਮੁਸਲਮਾਨ ਸੀ ਅਵਾਣ। ਕੀ ਦੱਸਦੇ ਸੀ, ਕਿੱਦਾਂ ਦੇ ਬੰਦੇ ਸੀ ਉਹ? ਅਵਾਣ ਚੰਗੇ ਸੀ, ਭਾਈਚਾਰਾ ਚੰਗਾ ਸੀ, ਜਿਹੜੇ ਚਿੱਟਾ ਲਹੂ ਹੋ ਗਿਆ ਫਿਰ ਇੱਕ ਦੂਜੇ ਨੂੰ ਦੇਖਣਾ ਪਸੰਦ ਨਹੀਂ ਸੀ ਕਰਦੇ। ਜਿਹੜੇ ਬੰਦੇ ਕੁਝ ਆਏ ਸੀ ਪਾਕਿਸਤਾਨੋਂ ਕ੍ਰਿਕਟ ਦਾ ਮੈਚ ਦੇਖਣ, ਫਿਰ ਇਸ ਪਿੰਡ ਆਏ, ਉਹ ਇਸ ਪਿੰਡ ਦੇ
ਉਹਨਾਂ ਦੇ ਕਿਸੇ ਦਾ ਬਾਬਾ ਸੀ, ਕਿਸੇ ਦਾ ਨਾਨਾ ਸੀ। ਨਾਨਕਿਆਂ ਦਾ ਘਰ ਦੇਖਣ ਆਏ ਜਾਂ ਬਾਬਿਆਂ ਦਾਦਕਿਆਂ ਦਾ ਘਰ ਦੇਖਣ ਆਏ? ਉਹਨਾਂ ਨੂੰ ਕੋਈ ਬਜ਼ੁਰਗ ਮਿਲਿਆ ਜਿਹੜਾ ਉਹਨਾਂ ਨੇ ਨਾਨਕਿਆਂ ਨੂੰ ਜਾਣਦਾ ਸੀ ਜਾਂ ਬਜ਼ੁਰਗਾਂ ਨੂੰ? ਉਹ ਇੱਕ ਬੰਦਾ ਮਿਲਿਆ, ਹਾਂਜੀ, ਆ ਲੈ ਭਈਆ ਆ ਗਿਆ ਥਾਨ, ਉਹ ਮਰ ਗਿਆ ਜੀ। ਠੀਕ, ਸਾਡੇ ਘਰ ਥੋੜ੍ਹੇ ਸੀਗੇ, ਹਾਂਜੀ, ਉਹ ਕੋਈ ਤਾਂ ਆਪਣੇ ਰਿਸ਼ਤੇਦਾਰਾਂ ਦੇ ਚਲੇ ਗਏ ਅਤੇ ਕੋਈ ਬਚੇ। ਜਿਹੜਾ ਬਚਿਆ ਸੀ ਨਾ, ਉਹਨਾਂ ਨੂੰ ਚੱਕ ਕੇ ਕੁੱਪ ਦੇ ਵਿੱਚ ਸਿੱਟ ਕੇ ਸਾੜ ਕੇ ਮਾਰ ਕੇ ਸਾੜ ਸੁੱਟਿਆ। ਇਸ ਪਿੰਡ ਦੇ ਵਿੱਚ, ਇਸ ਪਿੰਡ ਦੇ ਅਵਾਣਾ ਨੇ ਆਪਣੇ ਪਿੰਡ ਦੇ ਮਾਰਤੇ? ਆਪਣੇ ਪਿੰਡ ਦੇ ਇੱਕ ਦੋ ਬਚੇ, ਉਹ ਵੀ ਨੱਠ ਕੇ, ਯਾਨੀ ਖੂਨ ਚਿੱਟਾ ਹੋ ਗਿਆ ਸੀ। ਅੱਛਾ ਬਾਬਾ ਜੀ, ਇੱਕ ਗੱਲ ਦੱਸਿਓ, ਜਿਹੜੇ ਦੌੜ ਕੇ ਬਚੇ ਉਸ ਵੇਲੇ, ਤੁਹਾਨੂੰ ਤਾਂ ਮਿਲਦੇ ਰਹੇ ਹੋਣੇ ਆ? ਨਹੀਂ, ਉਹ ਗਿਆਨ ਸਾਨੂੰ ਮਿਲਦਾ ਰਿਹਾ, ਉਹ ਚਪੜਾਸੀ ਸੀ, ਉਹ ਗੱਲਾਂ ਦੱਸਦਾ ਹੁੰਦਾ ਸੀ। ਹਾਂਜੀ ਹਾਂਜੀ ਹਾਂਜੀ। ਕੀ ਕਹਿੰਦਾ, ਇਕੱਠੇ ਕਰ ਲਿਆ ਸਾਨੂੰ, ਦੱਸੋ ਕੀ ਕਹਿੰਦਾ? ਨਹੀਂ, ਇਕੱਠਾ ਕਰਨਾ ਵੀ, ਅਸੀਂ ਦੌੜ ਕੇ ਜਾਨ ਬਚਾਈ ਹੈ, ਮੈਂ ਤਾਂ ਦੌੜ ਕੇ ਜਾ, ਮੇਰੇ ਨਾਲ ਦੇ ਜਿਹੜੇ ਸੀਗੇ ਉਹ ਮਾਰ ਦਿੱਤੇ ਕੁੱਪ 'ਚ, ਦਿੰਦੇ ਸਾੜ ਦਿੱਤੇ ਕੁੱਪਾਂ 'ਚ। ਚਿੱਟਾ ਲਓ ਨਾਨਕ ਸਿੰਘ ਦਾ ਤੁਸੀਂ ਪੜ੍ਹੋ। ਠੀਕ ਹੈ, ਹਾਂਜੀ, ਅਤੇ ਉਹ ਜਿਹੜਾ ਹੈਗਾ ਉਹਦਾ ਗਾਣਾ ਸੁਣੋ, ਕੀ ਉਹਦਾ ਨਾਂ ਹੈਗਾ, ਚਿੱਟਾ ਹੋ ਗਿਆ ਲਓ ਪਿਆ ਲੋਕੋ, ਚਿੱਟਾ ਹੋ ਗਿਆ ਲਓ, ਗਾਣਾ ਆਉਂਦਾ ਨਾ ਰੋਜ਼, ਆ ਬਸ ਚਿੱਟਾ ਹੋ ਗਿਆ। ਕੌਣ ਕਿਸੇ ਨੂੰ ਕਹੂ? ਅੱਧੀ ਜਿਹੜਾ ਨੌਕਰ ਹੁੰਦਾ ਸੀ, ਮੁਸਲਮਾਨ ਸੀ, ਜਿੱਦਣ ਸੰਗਰਾਂਦ ਹੁੰਦੀ ਸੀ ਉਹ ਗੁਰਦੁਆਰੇ ਕੜਾਹ ਲੈਣ ਆਉਂਦਾ ਸੀ, ਪਿੰਡ ਦੇ ਨਾਲ ਹੀ ਸਾਡੇ ਮਰੱਬੇ ਸੀ ਦੱਕਣ ਵਾਲੇ ਪਾਸੇ, ਜਿਹੜੇ ਸੰਘ ਪੂਰਨਾ ਉਹਨੇ ਹਾਲ ਛੱਡ ਕੇ ਤਾਂ ਨੱਠਣਾ, ਤਾਂ ਬਾਕੀ ਮੁਸਲਮਾਨਾਂ ਨੇ ਕਹਿਣਾ ਵੀ ਅਸੀਂ ਤੈਨੂੰ ਫਤਵਾ ਲਵਾ ਦੇਣਾ। ਉਹ ਕਹਿੰਦਾ, ਭੈਣ ਦੇ ਤੁਸੀਂ ਫਤਵਾ ਕੀ ਲਵਾਉਣਾ, ਸੀਰਾ ਬਣਦਾ ਕਾਹਦਾ, ਹਲਵਾ ਬਣਦਾ ਕਾਹਦਾ, ਘਿਓ ਦਾ, ਆਟੇ ਦਾ, ਖਾਂਡੂ ਦਾ, ਪਾਣੀ ਦਾ, ਅੱਗ ਦਾ, ਪਤੀਲਾ, ਇਹ ਹੀ ਬਣਦੇ, ਤੁਸੀਂ ਵੀ ਤਾਂ ਇੱਦਾਂ ਹੀ ਬਣਾਉਂਦੇ। ਉਹ ਗਿਆ ਭਾਈ ਨੇ ਉਹਨੂੰ ਬੁੱਕ ਪੱਕ ਭਰ ਕੇ, ਦੋ ਬੁੱਕ ਦੇਣੇ ਉਹਨੇ, ਰੱਜ ਕੇ ਖਾਣੀ। ਕਿੰਨਾ ਕੁ ਪਿਆਰ ਸੀ ਜੀ ਫਿਰ? ਪਿਆਰ ਇੰਨਾ ਸੀ ਜੀ ਵੀ ਸਾਡਾ ਮੁਸਲਮਾਨਾਂ ਦੀ ਜਿਹੜੀਆਂ ਜਨਾਨੀਆਂ ਸੀ ਜਾਂ ਮੇਰੀ ਮਾਈ ਸੀਗੀ, ਉਹਨਾਂ ਦੇ ਬੱਚੇ ਉਹ ਜਿਹੜੀਆਂ ਰਹਿੰਦੀਆਂ ਸੀ ਸਾਡੇ ਹਾਤੇ ਦੇ ਵਿੱਚ, ਮਾਈ ਫੱਤੋ ਅਤੇ ਮਾਈ ਬੱਖਾਂ, ਇਹ ਦੋ ਸੀ, ਇੱਕ ਰੈਣ ਸੀ ਅਤੇ ਇੱਕ ਜਲਾਈ ਸੀ। ਉਹ ਆਪਣਾ ਕੰਮ ਕਰਦੀਆਂ ਹੁੰਦੀਆਂ ਸੀ, ਪਰ ਉਹਨਾਂ ਦੇ ਨਿਆਣੇ ਅਸੀਂ ਬੱਚੇ ਖੇਡਦੇ ਹੁੰਦੇ ਸੀ, ਭੁੱਖ ਲੱਗੀ ਤਾਂ ਇੱਕ ਦੂਜੇ ਦੀ ਮਾਂ ਦਾ ਦੁੱਧ ਚੁੰਘ ਲੈਂਦੇ ਸੀ, ਉਹ ਸਾਨੂੰ ਚੁਗਾ, ਉਹ ਦੁੱਧ ਚੁਗਾ ਦਿੰਦੀਆਂ ਸੀ। ਹਾਂ, ਮੇਰੀ ਮਾਂ ਦਾ ਉਹ ਚੁੰਘ ਲੈਂਦੇ ਸੀ, ਮੈਂ ਉਹਨਾਂ ਦੀ ਮਾਵਾਂ ਦਾ ਚੁੰਘ ਲੈਂਦਾ, ਕੋਈ ਵਿਤਕਰਾ ਨਹੀਂ। ਵਾਹ ਜੀ ਵਾਹ ਜੀ ਵਾਹ। ਹੋਰ ਇੱਦਾਂ ਦੀਆਂ ਗੱਲਾਂ ਸੁਣਾਓ ਚਲੋ।